ਤਾਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਸਾਡੇ ਨਾਲ ਨੇ, ਤਮਾਮ ਵਿਧਾਇਕ ਇੱਥੇ ਮਿਲ ਰਹੇ ਨੇ। ਸਰ, ਸਭ ਤੋਂ ਪਹਿਲਾਂ ਅੱਜ ਦੀ ਮੀਟਿੰਗ ਕੀ ਖਾਸ ਵਜ੍ਹਾ ਹੈ ਮੀਟਿੰਗ ਦੀ, ਜਿਹੜੇ ਕਿ ਜਾਂ ਕੇਜਰੀਵਾਲ ਸਾਹਿਬ ਨਾਲ ਗੈਟ ਟੂ ਗੈਟ ਹੋਏ ਨਹੀਂ ਸੀ ਇੱਕ ਵਾਰ? ਨਹੀਂ, ਸਾਡੇ ਸੁਪਰੀਮ ਲੀਡਰ ਨੇ ਪਹੁੰਚ ਰਹੇ ਨੇ, ਗੈਟ ਟੂਗੈਦਰ ਵੀ ਠੀਕ ਆ, ਬਾਕੀ 13-0 ਦੀ ਰਣਨੀਤੀ ਹੋਊਗੀ ਉਹਦੇ 'ਤੇ ਵਿਚਾਰ ਕਰਾਂਗੇ। ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ, ਆਮ ਆਦਮੀ ਪਾਰਟੀ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਇਲੈਕਸ਼ਨ ਹੁੰਦੀ ਹੈ ਤਾਂ ਸਾਰੇ ਉਮੀਦਵਾਰ ਸਾਰੇ ਕੈਂਡੀਡੇਟ ਇਕੱਠੇ ਹੋ ਕੇ ਕੇਜਰੀਵਾਲ ਸਾਹਿਬ ਉਹਨਾਂ ਦੀ ਮੀਟਿੰਗ ਲੈਂਦੇ ਨੇ, ਪਿਛਲੀਆਂ ਮੀਟਿੰਗਾਂ ਦਾ ਤਜਰਬਾ ਕੀ ਔਰ ਕੀ ਗੁਰਮੰਤਰ ਕੋਈ ਦਿੱਤੇ ਜਾਂਦੇ ਨੇ? ਬਿਲਕੁਲ ਵਧੇ ਤਰੀਕੇ ਨਾਲ ਗੱਲ ਹੁੰਦੀ ਆ, ਉਦੋਂ ਵੱਡੀ ਗੱਲ ਇੱਕ ਕੋਆਰਡੀਨੇਸ਼ਨ ਬਣੀ ਰਹਿੰਦੀ ਆ ਜੀ, ਕੀ ਫੀਡਬੈਕ ਨੇ, ਕਿਸ ਦਿਸ਼ਾ ਵੱਲ ਜਾਣਾ, ਕਿੱਥੇ ਪਾਰਟੀ ਸਟਰੋਂਗ ਆ, ਕਿੱਥੇ ਪਹੁੰਚੇ ਆ, ਕਿੱਥੇ ਮਿਹਨਤ ਕਰਨ ਦੀ ਲੋੜ ਆ, ਇਹ ਸਾਰਾ ਕੁਝ ਡਿਸਕਸ ਹੁੰਦਾ ਏ। ਤੇ ਫਿਰ ਬਿਲਕੁਲ ਬਿਲਕੁਲ ਚੱਲਦੀਆਂ ਰਹਿੰਦੀਆਂ ਨੇ ਟੀਮਾਂ ਨੇ ਸਾਡੀਆਂ, ਉਹ ਇਕੱਲੇ ਇਕੱਲੇ ਦਾ ਸਰਵੇ ਹੁੰਦਾ ਰਹਿੰਦਾ, ਚੱਲਦਾ ਰਹਿੰਦਾ ਵੀ ਕਿੱਥੇ ਭਾਈ ਆਪਾਂ ਤਕੜੇ ਆ, ਕਿੱਥੇ ਮਾੜੇ ਆ, ਉਹ ਸਾਰੀ ਰਣਨੀਤੀ ਚੱਲਦੀ ਰਹਿੰਦੀ। ਸਰ, ਤੁਹਾਡੇ ਹਲਕੇ ਦੀ ਕੀ ਪੋਜੀਸ਼ਨ ਆ, ਫਰੀਦਕੋਟ ਦੀ ਕੀ ਪੋਜੀਸ਼ਨ ਆ? ਕਰਮਜੀਤ ਅਨਮੋਲ ਨੇ ਉੱਥੇ ਦੇ, ਹੰਸਰਾਜ ਹੰਸ ਦੀ ਕਾਫੀ ਚਰਚਾ ਹੋ ਰਹੀ ਆ, ਤੁਸੀਂ ਵੀ ਲੋਕਾਂ 'ਚ ਜਾ ਰਹੇ ਹੋ, ਕੀ ਪੋਜੀਸ਼ਨ ਹੈ? ਪੰਜਾਬ ਦੇ ਵਿੱਚੋਂ ਜਿਹੜਾ 13-0 ਹੋਊਗਾ ਉਹਦੇ 'ਚੋਂ ਸਭ ਤੋਂ ਵੱਧ ਲੀਡਰਾਂ, ਜੇ ਕੋਈ ਸੀਟ ਨਿਕਲੂਗੀ ਤਾਂ ਉਹ ਫਰੀਦਕੋਟ ਜਾਊਗੀ। ਕਾਰਨ ਕੀ ਹੈ? ਲੋਕ ਉੱਥੇ ਪੁੱਛਦੇ ਨਹੀਂ 1000 ਰੁਪਏ ਵਾਲੀ ਗਰੰਟੀ ਦੀ ਬੀਬੀਆਂ ਗੱਲ ਕਰਦੀ, ਬਾਕੀ ਗਰੰਟੀਆਂ ਜਿਹੜੀਆਂ ਬਿਜਲੀ ਵਾਲੀਆਂ ਉਹ 'ਤੇ ਵੀ ਗੱਲ ਕਰਦੇ ਹੋਣਗੇ, ਇਸ ਉੱਤੇ ਵੀ ਚਰਚਾ ਕਰਦੇ ਨੇ? ਬਿਲਕੁਲ, ਅਸੀਂ ਲੋਕਾਂ ਨੂੰ ਦੱਸਿਆ ਇਹ ਚੀਜ਼ ਵੀ ਜਿਹੜੀ ਆਪਣੀ ਸਰਕਾਰ ਉਹ 5 ਸਾਲਾਂ ਵਾਸਤੇ ਬਣੀ ਆ, ਕੋਈ 2 ਸਾਲਾਂ ਵਾਸਤੇ ਨਹੀਂ ਬਣੇਗੀ ਜਾਂ 3 ਸਾਲਾਂ ਵਾਸਤੇ ਨਹੀਂ ਬਣੀ। ਅਸੀਂ ਬਿਜਲੀ ਮਾਫ ਕੀਤੀ, 80% ਲੋਕਾਂ ਦਾ ਬਿਜਲੀ ਦਾ ਬਿੱਲ 0 ਆਇਆ, ਆਮ ਆਦਮੀ ਕਲੀਨਿਕ ਬਣਾਏ ਨੇ, ਸਕੂਲ ਆਫ ਐਮੀਨੈਂਸ ਬਣਾਏ ਨੇ, 14 ਟੋਲ ਪਲਾਜ਼ੇ ਬੰਦ ਕੀਤੇ ਨੇ, 829 ਆਮ ਆਦਮੀ ਕਲੀਨਿਕ, ਤਾਂ ਜਿੰਨੇ ਕੰਮ ਨੇ ਸਾਰੇ ਗਿਣਾਈ ਦੇ ਨੇ, ਲਗਭਗ ਸਾਡੇ ਕੋਲ 20-21 ਪੁਆਇੰਟ ਹੋ ਜਾਂਦੇ ਨੇ ਜਿਹੜੇ ਅਸੀਂ ਕੰਮ ਕੀਤੇ ਆ। ਅਤੇ ਜਿਹੜੀ 2 ਸਾਲਾਂ ਦੀ ਸਪੀਡ ਆ ਉਹ ਬਹੁਤ ਵਧੀਆ, ਤਾਂ ਜਦੋਂ ਅਸੀਂ ਜਾਂਦੇ ਹਾਂ ਉਹਨੂੰ ਦੱਸਦੇ ਹਾਂ ਭਾਈ ਬਿਲਕੁਲ ਅਸੀਂ 10 ਦੇ ਵਿੱਚੋਂ 7 ਗਰੰਟੀਆਂ ਪੂਰੀਆਂ ਕੀਤੀਆਂ ਨੇ, 1-2 ਰਹਿੰਦੀਆਂ ਨੇ ਉਹ ਵੀ ਅਸੀਂ ਕਰਨੀਆਂ ਨੇ, ਤਾਂ ਕੋਈ ਇਵੇਂ ਨਹੀਂ ਗਾ ਵੀ ਲਾਸਟ ਸਾਲ ਕਰਾਂਗੇ, ਅਖੀਰਲੇ ਸਾਲ ਨਹੀਂ, ਚੌਥੇ ਸਾਲ ਵੀ ਨਹੀਂ। ਵੀ CM ਸਾਹਿਬ ਨੇ ਵੀ ਅਨਾਊਂਸ ਕਰਤਾ 3 ਸਾਲ ਕੰਪਲੀਟ ਹੋਣ ਦੇ ਨਾਲ ਨਾਲ ਅਸੀਂ ਜਿਹੜੀ 1000 ਰੁਪਏ ਵਾਲੀ ਗਰੰਟੀ ਆ ਇਹ ਵੀ ਸਾਰੀਆਂ ਜੋ ਪੈਂਡਿੰਗ ਕੰਮ ਨੇ ਸਾਰੇ ਪੂਰੇ ਕਰਦੇ ਨੇ। ਪਰ ਮਿੱਤਰ ਜਿਹੜੇ ਨੇ ਤੁਹਾਡੇ ਮੀਧੇਰ ਸਾਹਿਬ ਤਾਈਂ ਤੇ ਕੱਟੇ ਦੀ, ਉਹਨਾਂ ਦੀ ਕੀ ਪੋਜੀਸ਼ਨ ਹੈ ਉੱਥੇ, ਮੁਕਾਬਲਾ ਦੇ ਪਾ ਰਹੇ ਨੇ? ਇੱਕ ਮੈਂ ਬਠਿੰਡਾ ਬਾਰੇ ਵੀ ਜਾਣਨਾ ਚਾਹੂੰਗਾ ਕਿਉਂਕਿ ਤੁਸੀਂ ਉਸ ਪਾਸੇ ਕਾਫੀ, ਤੁਹਾਡਾ ਵੀ ਸਰਕਲ ਆ। ਖੁੱਡੀਆਂ ਸਾਹਿਬ ਜੀ ਕੀ ਪੋਜੀਸ਼ਨ, ਮੀਧੇਰ ਸਾਹਿਬ ਜੀ ਕੀ ਪੋਜੀਸ਼ਨ? ਬਹੁਤ ਵਧੀਆ ਪੋਜੀਸ਼ਨ ਆ ਮੀਤਹਿਰ ਦੀ, ਕਿਉਂਕਿ ਮੀਤ ਨੇ ਇਕੱਲੇ ਆਪਣੇ ਡਿਸਟ੍ਰਿਕਟ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਨੇ ਪੈਸੇ ਦਿੱਤੇ ਨੇ ਜਿੰਨੇ ਪਿਛਲੇ 10-20 ਸਾਲਾਂ 'ਚ ਕਿਸੇ ਨੇ ਨਹੀਂ ਦਿੱਤੇ। 250 ਕਰੋੜ ਰੁਪਇਆ ਉਹਨਾਂ ਨੇ ਦਿੱਤਾ ਇਕੱਲੇ ਨਹਿਰੀ ਪਾਣੀਆਂ ਵਾਸਤੇ, ਲੋਕਾਂ ਵਾਸਤੇ। ਉਹਨਾਂ ਦਾ ਆਪਦੀ ਇਮੇਜ ਬਹੁਤ ਸਾਫ਼ ਆ, ਬਹੁਤ ਇਮਾਨਦਾਰੀ ਨਾਲ ਬਹੁਤ ਵਧੀਆ ਕੰਮ ਕੀਤਾ। ਸੇਮ ਖੁੜੀਆਂ ਸਾਹਿਬ ਦਰਵੇਸ਼ ਸਿਆਸਤਦਾਨ ਨੇ, ਕੋਈ ਦਾਗ ਨਹੀਂ ਗਾ, ਬਹੁਤ ਵੱਡਾ ਨਾਮ ਆ, ਬਾਕੀ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਨੇ। ਉਹਨਾਂ ਦੇ ਮੁਕਾਬਲੇ ਬੀਬਰ ਸਿਮਰਤ ਕੌਰ ਬਾਦਲ ਨੇ, ਉਹ ਵੀ ਕਹਿੰਦੇ ਨਾਮ ਬੜਾ ਵੱਡਾ ਹੈ, 4th ਨੰਬਰ 'ਤੇ ਆਊਗੀ। ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਿਸ ਪਾਰਟੀ ਨਾਲ ਦੇਖ ਰਹੇ ਹੋ ਤੁਸੀਂ? ਆਮ ਆਦਮੀ ਪਾਰਟੀ ਦਾ ਮੁਕਾਬਲਾ ਦੇਖੋ, ਜੇ ਤਾਂ ਮੈਂ ਕੋਈ ਪੋਲੀਟੀਕਲ ਕਰਾਂ ਤਾਂ ਭਾਈ ਕਿਸੇ ਨਾਲ ਨਹੀਂ ਆ, ਗੱਲ ਇਹ ਆ ਵੀ ਅਲੱਗ ਅਲੱਗ ਵਿਧਾਨ ਸਭਾ ਦੇ ਵਿੱਚ ਆ, ਕਿਤੇ ਕੋਈ ਅਕਾਲੀ ਦਲ ਸਟਰੋਂਗ ਆ, ਕਿਤੇ ਕਾਂਗਰਸ ਸਟਰੋਂਗ ਆ, ਕਿਤੇ BJP ਸਟਰੋਂਗ ਆ, ਮਤਲਬ 2 ਨੰਬਰ ਦੀ ਲੜਾਈ ਆ ਉਹਨਾਂ ਸਾਰਿਆਂ ਦੀ, ਕਿਸੇ ਹਲਕੇ 'ਚ ਕੋਈ ਆ। ਬਟ ਜਿਹੜਾ ਸਾਡਾ ਬੈਨੀਫਿਟ ਆ ਉਹ ਇਹ ਆ ਵੀ ਆਮ ਆਦਮੀ ਪਾਰਟੀ ਹਰ ਇੱਕ ਹਲਕੇ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ 1st ਨੰਬਰ 'ਤੇ ਆ, ਤਾਂ ਉਹਦੇ ਨਾਲ ਮੰਨ ਲਓ ਕੋਈ ਅਕਾਲੀ ਦਲ ਇੱਕ ਹਲਕੇ 'ਚੋਂ ਅੱਗੇ ਹੋ ਗਿਆ ਤਾਂ ਉਹ 8 ਤੋਂ ਤਾਂ ਪਿੱਛੇ ਜਾਊਗਾ ਉਹ। ਤੁਹਾਡੇ ਹਲਕੇ ਦੇ ਜਿਹੜੇ ਕਾਂਗਰਸ ਦੇ ਆਗੂ ਨੇ ਉਹ ਤਾਂ ਲੁਧਿਆਣੇ ਵੀ ਪ੍ਰਚਾਰ ਕਰ ਰਹੇ ਨੇ, ਉਹ ਬਰਾੜ ਸਾਹਿਬ, ਉਹਨਾਂ ਦਾ ਕਾਹਨੂੰ ਨਾਂ ਲੈਣਾ, ਉਹ ਨਹੀਂ ਮਤਲਬ ਕਾਂਗਰਸ ਦੀ ਉੱਥੇ ਪੋਜੀਸ਼ਨ ਦੀ ਗੱਲ ਕਰ ਰਹੇ ਨੇ, ਪੰਥਕ ਨੇ ਪਰ ਅੰਦਰ ਬਹੁਤ ਕੁਛ ਆ ਉਹਨਾਂ ਦੇ, ਹਾਂ ਉਹ ਅਸੀਂ ਲੋਕਲ ਆ, ਅਸੀਂ ਜਾਣਦੇ ਹਾਂ ਵੱਧ। ਚਲੋ, 13-0 ਦੀ ਜਿਹੜੀ ਗਰੰਟੀ ਆ ਅੱਜ, ਇਸ ਦੇ ਉੱਤੇ ਫਿਰ ਚਰਚਾ ਹੋਰ ਹੋਏਗੀ, ਤੁਸੀਂ ਆਪਣੇ ਲੋਕੀ ਗੱਲ ਕਰਨ ਮਿਲੇ ਵੈਸੇ ਕੇਜਰੀਵਾਲ ਸਾਹਿਬ ਨੂੰ ਜਦੋਂ ਦੀ ਬੇਲ ਮਿਲੀ ਆ? ਹਾਂ ਹਾਂ, ਅਸੀਂ ਮਿਲੇ ਹਾਂ, ਅਸੀਂ ਦਿੱਲੀ ਸਾਡੀ ਮੀਟਿੰਗ ਹੋਈ ਆ, ਮਿਲ ਕੇ ਆਏ ਹਾਂ,
ਤੇ ਉਸ ਤੋਂ ਬਾਅਦ ਦੇਖਦੇ ਅੰਦਰ ਜਾ ਕੇ ਕੀ ਬਣਦਾ, ਫਿਰ ਆਪਣੇ ਵੀ ਫੀਡਬੈਕ ਦੇਵਾਂਗੇ। ਬਾਕੀ ਜਿਹੜੇ ਵਰਕਰ ਨੇ ਮੋਟੀਵੇਟ ਹੋਣਗੇ, MLA ਆਏ ਹੋਏ ਨੇ, ਸਾਡੇ ਚੇਅਰਮੈਨ ਸਾਹਿਬ ਆਏ ਹੋਏ ਨੇ, ਤੇ ਅੱਛਾ ਅੱਜ ਵਿਧਾਇਕ ਸੱਦੇ ਨੇ ਔਰ ਕਿਹੜਿਆਂ ਨੂੰ ਸੱਦ ਬੁਲਾਇਆ ਗਿਆ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨ ਨੇ, MLAs ਨੇ, ਜ਼ਿਲ੍ਹਾ ਪ੍ਰਧਾਨ ਨੇ, ਸਟੇਟ ਦੇ ਚੇਅਰਮੈਨ ਨੇ, ਮਾਰਕੀਟ ਕਮੇਟੀ ਚੇਅਰਮੈਨ ਨੇ, ਜਿੰਨੀਆਂ ਵੀ ਪੋਸਟਾਂ ਨੇ, ਸਰਕਾਰੀ ਪੋਸਟਾਂ ਨੇ, ਉਹ ਸਾਰੇ ਦੇ ਸਾਰੇ ਬੰਦੇ ਆਏ ਹੋਏ ਨੇ। ਚਲੋ ਅਸੀਂ ਗੱਲਬਾਤ ਤੁਹਾਡੇ ਨਾਲ ਜਾਰੀ ਰੱਖਾਂਗੇ। ਅੰਮ੍ਰਿਤਪਾਲ ਸਿੰਘ, ਸੁਖਾਨੰਦ, ਤਾਂ ਤਮਾਮ ਵਿਧਾਇਕ ਇੱਥੇ ਨੇ ਜਿਹੜੇ ਆ ਰਹੇ ਨੇ, ਅਸੀਂ ਗੱਲਬਾਤ ਉਹਨਾਂ ਨਾਲ ਲਗਾਤਾਰ ਕਰ ਰਹੇ ਹਾਂ। ਔਰ ਅੱਜ ਜਿਹੜੇ ਵਿਧਾਇਕਾਂ ਨਾਲ ਵੱਖਰੀ ਮੀਟਿੰਗ ਹੋਣੀ, ਉਸ ਤੋਂ ਬਾਅਦ ਜਿਹੜੇ ਸਟੇਟ ਬੋਡੀ ਦੇ ਵਿੱਚ ਵੱਖ ਵੱਖ ਅਹੁਦੇਦਾਰ ਨੇ ਸਰਕਾਰੀ ਮਹਿਕਮਿਆਂ ਦੇ, ਉਹਨਾਂ ਦੇ ਨਾਲ ਵੀ ਇੱਕ ਮੀਟਿੰਗ ਜਿਹੜੀ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਤਾਂ ਸਾਡੀ ਨਜ਼ਰ ਇਸ ਖਬਰ ਦੇ ਉੱਤੇ ਲਗਾਤਾਰ ਬਣੀ ਹੋਈ ਹੈ, ਲਗਾਤਾਰ ਆਗੂ ਵੱਡੇ ਪਹੁੰਚ ਰਹੇ ਨੇ। ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।